ਵੀਰੋ ਚਮਕੀਲਾ ਜਾਂ ਕੁਛ ਹੋਰ, ਇਹ ਪੰਜਾਬ ਨਾਲ ਵੱਡੀ ਗੇਮ ਕੀਤੀ ਗਈ ਆ ਵੀਰੋ। ਮੇਰੀ ਗੱਲ ਸਮਝ ਲਿਓ ਧਿਆਨ ਨਾਲ, ਜੇ ਤੁਹਾਡੇ ਸਮਝ ਆ ਗਈ ਤੇ ਤੁਸੀਂ ਵੀ ਕਹੋਗੇ ਵਾਕਿਆ ਯਾਰ ਇਹ ਤਾਂ ਬਹੁਤ ਵੱਡੀ ਇੰਟਰਨੈਸ਼ਨਲ ਗੇਮ ਆ। ਪੰਜਾਬ ਵਿੱਚ ਪੰਜਾਬੀਆਂ ਦੀ ਨਸ਼ੇੜੀ, ਬੱਚੇ ਨਸ਼ੇੜੀ ਬਣਾ ਤੇ ਜਾਂ ਫਿਰ ਵਿਦੇਸ਼ ਭੱਜ ਗਏ, ਫਸਲਾਂ ਵੀ ਨਸ਼ੇੜੀ ਹੋ ਗਈਆਂ, ਨਸਲਾਂ ਵੀ ਨਸ਼ੇੜੀ ਹੋ ਗਈਆਂ, ਪਰ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਨੇ ਥਾਂ ਥਾਂ ਦੇ ਝੰਡੇ ਗੱਡੇ ਹੋਏ ਆ। ਆਮ ਲੋਕ ਹੀ ਜਾਂਦੇ ਸੀ ਤੇ ਬਾਅਦ 'ਚ ਉੱਥੇ ਮਾਲਕ ਬਣ ਕੇ ਬਹਿ ਜਾਂਦੇ। ਹੁਣ ਜਿਹੜੇ ਬੱਚੇ ਗਏ ਆ ਸਟੂਡੈਂਟ ਬਣ ਕੇ, ਭਾਵੇਂ ਅੱਜ ਉਹਨਾਂ ਦੀ ਹਾਲਤ ਮਾੜੀ ਹੈ, ਪਰ ਉਹਨਾਂ ਦੇ ਬੱਚੇ ਰਾਜ ਕਰਨਗੇ। ਲੋਕ ਉਹਨਾਂ ਦੀ ਮੰਨਦੇ ਆ, ਇੱਜ਼ਤ ਕਰਦੇ ਆ ਵੀ ਇਹ ਬਹੁਤ ਮਿਹਨਤੀ ਆ, ਬੜੇ ਸੱਚੇ ਆ। ਇਸੇ ਇਮੇਜ ਨੂੰ ਤੋੜਨ ਵਾਸਤੇ ਚਮਕੀਲਾ ਫਿਲਮ ਬਣਾਈ ਗਈ। ਚਮਕੀਲਾ ਫਿਲਮ ਇਸੇ ਹੀ ਇਮੇਜ ਨੂੰ ਤੋੜਨ ਵਾਸਤੇ ਬਣਾਈ ਗਈ ਕਿ ਪੰਜਾਬ 'ਚ ਬੜੀ ਜਾਤ ਪਾਤ ਆ, ਇੱਕ ਕਲਾਕਾਰ ਸੀ। ਚਮਕੀਲਾ ਨਹੀਂ ਵਿਖਾਇਆ ਨਾ, ਉਹ ਜੋ ਸੱਚ ਵਿਖਾਇਆ ਹੀ ਨਹੀਂ, ਉਹਨੂੰ ਤਾਂ ਸਾਰੇ ਵੱਡੇ ਕਲਾਕਾਰ ਆਪਣਾ ਪੁੱਤ ਮੰਨਦੇ ਸੀ। ਚਮਕੀਲਾ ਜੀ ਇੱਕ ਛੋਟੀ ਜਾਤ ਦਾ ਸੀ, ਇਹ ਜਿਹੜੇ ਖਾਲਿਸਤਾਨੀ ਗੁੰਡੇ ਹੁੰਦੇ ਬੜੇ ਖਤਰਨਾਕ ਹੁੰਦੇ ਹੈ, ਇਹ ਉਸਕੋ ਦੇਖਦੇ ਥੇ ਕਿ ਛੋਟੀ ਜਾਤ ਕਾ ਹੈ, ਇਸੇ ਹਫਤਾ ਲੇ ਯੇ ਕਰੇ ਉਹ ਕਰੇ, ਫਿਰ ਇਹਨੂੰ ਤੰਗ ਕੀਆ ਮਾਰ ਦੀਆ। ਹੁਣ ਇਹ ਫਿਲਮ ਜਿਹੜੀ ਸਿਨੇਮਾ ਜਾਂ ਆਸ ਪਾਸ ਪੰਜਾਬ ਦੇ ਰਿਲੀਜ਼ ਨਹੀਂ ਕੀਤੀ ਗਈ, ਕਿਉਂਕਿ ਉਹ ਤਾਂ ਪੰਜਾਬੀ ਲੋਕਾਂ ਨੇ ਵੇਖਣੀ ਆ, ਸਿਨੇਮਾ ਵਿੱਚ ਤਾਂ ਬਾਹਰ ਦੇ ਲੋਕ ਨਹੀਂ ਨਾ ਵੇਖਣਗੇ। ਨੈੱਟਫਲਿਕਸ ਤੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤੀ ਗਈ ਆ ਤਾਂ ਕਿ ਪੂਰੀ ਦੁਨੀਆ ਵੇਖ ਸਕੇ, ਸਾਰੀਆਂ ਭਾਸ਼ਾ 'ਚ ਡੱਬ ਕੀਤੀ ਗਈ ਆ, ਸਾਰੀਆਂ ਭਾਸ਼ਾ 'ਚ, ਮਤਲਬ ਵੀ ਲੋਕਾਂ ਨੂੰ ਵਿਖਾਓ। ਫਿਰ ਪੂਰੇ ਵਰਲਡ ਵਿੱਚ ਮੇਰੀ ਕਨੇਡਾ ਗੱਲ ਹੋਈ, ਅਮਰੀਕਾ ਗੱਲ ਹੋਈ, ਮੇਰਾ ਇੱਕ ਦੋਸਤ ਆ ਬੰਗਲੌਰ ਦਾ, ਉੱਥੇ ਗੱਲ ਹੋਈ, ਉਹਨੇ ਮੈਨੂੰ ਉਹਦਾ ਮੈਨੂੰ ਫੋਨ ਆਇਆ, ਅਰੇ ਭਾਜੀ ਇਹ ਜੋ ਚਮਕੀਲਾ ਬੜੀ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਪੇ, ਮੈਂ ਕਿਹਾ ਬਾਈ ਗੇਮਾਂ ਆ, ਸਭ ਨੂੰ ਵਾਇਰਲ ਕਰਵਾਈ ਜਾ ਰਹੀ ਆ ਕਿ ਲੋਕ ਦੇਖਣ ਇਹ ਕੀ ਆ, ਉਹ ਜਦੋਂ ਫਿਰ ਵੇਖਣਗੇ ਫਿਲਮ ਤਾਂ ਫਿਰ ਪੰਜਾਬ ਦਾ ਜਿਹੜਾ ਉਲਟਾ ਵਿਖਾਇਆ ਗਿਆ ਆ ਉਹ ਲੋਕਾਂ ਨੂੰ ਨਫ਼ਰਤ ਹੋਊਗੀ, ਲੋਕ ਪੰਜਾਬੀਆਂ ਨਾਲ ਨਫ਼ਰਤ ਕਰਨਗੇ। ਵੀਰੋ ਸਿਆਣੇ ਬਣੋ ਵੀਰੋ, ਇਹ ਵੱਡੀ ਗੇਮ ਆ, ਆਪਣਾ IQ ਲੈਵਲ ਸਟਰੋਂਗ ਕਰੋ, ਆਪਣੀ ਸੋਚਣ ਸ਼ਕਤੀ ਵਧਾਓ, ਆਪਣੀ ਅਕਲ ਵਧਾਓ, ਕਿਉਂਕਿ ਇਹ ਜਿਹੜੀ ਗੇਮ ਆ ਇਹ ਬੜੀ ਮਤਲਬ ਬਿਨਾਂ ਹਥਿਆਰ ਤੋਂ ਗੇਮ ਕੀਤੀ ਜਾ ਰਹੀ ਆ ਵੀਰੋ ਪੰਜਾਬੀਆਂ ਵਾਸਤੇ। ਇੱਕ ਤਾਂ ਤੁਸੀਂ ਜਿਹੜਾ ਪੱਗ ਬੰਨ ਕੇ ਦੋ ਵਾਰ ਗੁਰਦੁਆਰੇ ਜਾਉਂਦਾ ਉਹਨੂੰ ਤੁਸੀਂ ਆਪਣਾ ਮੰਨਣ ਡੈ ਬਣੇ, ਦਲਜੀਤਾ ਜਿਹੜਾ ਨਾ ਇਹ ਵੱਡਾ ਖਾਚਾ ਵਿਦੇਸ਼ੀ ਏਜੰਸੀਆਂ ਦਾ ਵਿਕਿਆ ਹੋਇਆ ਬੰਦਾ ਆ, ਉਹਨਾਂ ਵਾਸਤੇ ਕੰਮ ਕਰਦਾ ਆ। ਉਹ ਸਿਆਣੇ ਬਣੋ ਵੀਰੋ, ਸਿਆਣੇ ਬਣੋ। ਉਹ ਵੀਰੋ ਜਿਸ ਹਿਸਾਬ ਨਾਲ ਇਹ ਕ੍ਰੀਏਟ ਕੀਤਾ ਗਿਆ ਨਾ, ਚਮਕੀਲਾ ਤਾਂ ਹੈ ਨਹੀਂ, ਚਮਕੀਲਾ ਤਾਂ ਇਹੋ ਜਿਹਾ ਹੈ ਹੀ ਨਹੀਂ। ਪੂਰੀ ਫਿਲਮ 'ਚੋਂ ਰੋਈ ਜਾਂਦਾ ਰੋਈ ਜਾਂਦਾ। ਤੁਸੀਂ ਚਮਕੀਲਾ ਦੇ ਪੁਰਾਣੇ ਅਖਾੜੇ ਵੇਖੋ, ਚਮਕੀਲਾ ਦੇ ਕਿੱਦਾਂ ਹੱਸਦਾ ਸੀ, ਹਮੇਸ਼ਾ ਖੁਸ਼ ਰਹਿੰਦਾ ਸੀ, ਉਹ ਤਾਂ ਇਹੋ ਜਿਹਾ ਕਲਾਕਾਰ ਜੇ ਕੋਈ ਥੱਲੇ ਮਾੜਾ ਵੀ ਬੋਲਦਾ ਤਾਂ ਕੋਈ ਨਾ ਕੋਈ ਉਮੀਦ। ਪਹਿਲੀ ਗੱਲ ਤੁਹਾਨੂੰ ਕੋਈ ਮਾੜਾ ਬੋਲਦਾ ਹੀ ਨਹੀਂ ਭਰਾ, ਉਹ ਇੱਕ ਇਹੋ ਜਿਹਾ ਰੱਬ ਹੀ ਬੰਦਾ ਸੀ। ਇਹ ਵੱਡੀ ਗੇਮ ਆ ਵੀਰੋ, ਵੱਡੀ ਗੇਮ, ਵੱਡੀ ਗੇਮ, ਸਮਝੋ ਸਮਝੋ। ਤਾਂ ਦਲਜੀਤੇ ਦੀ ਪੱਗ 'ਤੇ ਨਾ ਜਾਓ, ਅੱਧੋਂ ਜ਼ਿਆਦਾ ਪੰਜਾਬ ਦਲਜੀਤੇ ਦੀ ਪੱਗ 'ਤੇ ਵੀ ਇਹ ਪੱਗ ਬੰਨਦਾ, ਉਹ ਇਹ ਖੱਚ ਆ ਸਿਰੇ ਦਾ ਖੱਚ। ਇਹ ਅੱਜ ਤੋਂ 20 ਸਾਲ ਬਾਅਦ ਜੋ ਜੋ ਇਹਨੇ ਹੁਣ ਤੱਕ ਕਰਤੂਤਾਂ ਕੀਤੀਆਂ, ਪੰਜਾਬ ਨਾਲ ਧੋਖੇਦਾਰੀਆਂ ਕੀਤੀਆਂ, ਅੱਜ ਤੋਂ 20 ਸਾਲ ਬਾਅਦ ਸਾਹਮਣੇ ਆ ਜਾਣੀਆਂ ਵੀਰੋ, ਸਾਹਮਣੇ ਆ ਜਾਣੀਆਂ ਆ।